ਆਪ ਜੀ ਦੇ ਬਖਸ਼ੇ ਲੰਗਰਾਂ ਪਦਾਰਥਾਂ ਵਿੱਚੋਂ ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦ ਜੀ ਕੀ ਦੇਖ ਹਾਜ਼ਰ ਹੈ, ਕਿਰਪਾ ਕਰਕੇ ਆਪ ਜੀ ਭੋਗ ਲਓ। ਸ਼ੀਤ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਵਿੱਚੋਂ ਜੋ ਛਕੇ ਆਪ ਜੀ ਦਾ ਪਵਿੱਤਰ ਨਾਮ ਜਪੇ, ਆਪ ਆਗਿਆ ਬਖਸ਼ ਕੇ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ, ਗੁਰਮੁਖਾਂ ਦਾ ਮੇਲ ਬਖਸ਼ਣਾ, ਅਰਦਾਸਾਂ ਸੱਚਖੰਡ ਪ੍ਰਵਾਨ ਕਰਨੀਆਂ ਨਾਲ ਹੀ ਅਰਦਾਸ ਬੇਨਤੀ ਹੈ। ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸ੍ਰੀ ਕੀਰਤ ਪ੍ਰਸਾਦ ਅਕਾਲਪੁਰੀ ਵਿਖੇ ਉਹਨਾਂ ਦੇ ਪਵਿੱਤਰ ਅਸਤ ਜਾਣ ਵਾਸਤੇ ਤਿਆਰੀ ਕੀਤੇ ਨੇ, ਆਪ ਆਗਿਆ ਬਖਸ਼ੋ। ਰਸਤੇ ਵਿੱਚ ਅੰਗ ਸੰਸਾਰੀ ਹੋਣਾ, ਸਾਰੀ ਰਸਮ ਵਿੱਚ ਆਪ ਜੀ ਨੇ ਸ਼ੀਸ਼ ਤੇ ਮੇਲ ਭਰੇ ਹੱਥ ਰੱਖਣਾ, ਧੰਨ ਗੁਰੂ ਹਰਿਦਾਸ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮਿਹਰ ਕਰਨੀ ਆਪਣੇ ਚਰਨਾਂ ਕਮਲਾਂ ਵਿਖੇ ਉਹਨਾਂ ਦੇ ਅਸਤ ਕਬੂਲ ਕਰਨੀ। ਆਪ ਜੀ ਨੇ ਜਨਮ ਮਰਨ ਦਾ ਗੇੜਾ ਤੱਕ ਕੇ ਵਿਨਤਾ ਸਹਿਤ ਸੱਚਖੰਡ ਨਿਵਾਸ ਬਖਸ਼ਣਾ, ਅਰਦਾਸਾਂ ਸੱਚਖੰਡ ਪ੍ਰਵਾਨ ਕਰਨੀਆਂ, ਭੁੱਲਾਂ ਤੋਂ ਕਿਵਾਂ ਸਹੀ ਪਿਆਰੇ ਮਿਲੋ, ਜਿਹੜਾ ਮਿਲਿਆ ਤੇਰੇ ਨਾਮ ਤੇ ਤਿਆਰ ਹੈ, ਨਾਨਕ ਨਾਮ ਹਰਦੀ ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।